हाँ जी, वाहिगुरु जी का खालसा, वाहिगुरु जी की फतेह। जिदा काफ़ी लंबे समय तो असं जिदा हम थोड़ा थोड़ा घट ही लाइव करते हैं। पहला सेहत नहीं ठीक सी, तो हूँ जो किडनी का ट्रांसप्लांट हो गया, 4 महीने हो गए, तो गुरु कृपा ना हो मर जाए, जिदा सेहत भी ठीक होने लग पे हौली हौली। तो जिन्हें मैंने किडनी दी दक्षा, उन्होंने भी धन्यवाद करते असं, किडनी दे के साड़ी जान बचाई, तो गुरु कृपा हुई। सो हुण असीं ज़्यादा लाइव करिया करांगे, क्योंकि कई बार पिछले साल तो काफ़ी जिदा भी माड़ा हाल सीगा, पहला भी हिल भी नहीं हुंदा सीगा, शरीर दुखना, लत्तां दुखी जाणियां, क्योंकि जिहड़ी डायलिसिस सी उहना काफ़ी थकेवा हुंदा सीगा, ते शरीर दे विच काफ़ी जहर जिही सीगी, क्योंकि किडनियां फेल हो गईयां सीगियां। हुण 4 महीने हो गए आ, ते बहुत जिदा भी गुरु कृपा नाल तुहानू अज गलबात मोर रैगूलरली कर सकदे। अज जिहड़ी गल करनी आ, जिहड़े भी जो जलंधर विच कल होया, किन्ने परिवार ਜਿਹੜੇ ਕਈ ਕਹਿ ਲਓ ਭਾਈ ਸਰਕਾਰੀ ਜ਼ਮੀਨ ਤੋਂ ਕੱਢੇ ਗਏ, ਬੇਘਰ ਕੀਤੇ ਗਏ, ਜਿਹੜੇ ਭਾਈ ਕਾਨੂੰਨੀ ਤੌਰ 'ਤੇ ਵੀ ਕਹਿੰਦੇ ਭਾਈ ਉਹਨਾਂ ਦੇ ਹਾਈ ਕੋਰਟ ਤੋਂ ਵਾਰੰਟ ਆਏ ਸੀਗੇ, ਤਾਂ ਉਹਨਾਂ ਨੂੰ ਸਰਵ ਕੀਤਾ ਗਿਆ। ਪਰ ਪਹਿਲਾਂ ਮੈਂ ਗੱਲ ਇਹ ਕਰਨੀ ਚਾਹੁੰਦਾ, ਪੰਜਾਬ ਪੁਲਿਸ ਆ, ਜੇ ਤੁਹਾਡੀ ਕੋਈ ਰਿਸ਼ਤੇਦਾਰ ਪੰਜਾਬ ਪੁਲਿਸ ਆ, ਜਾਂ ਕੋਈ ਪੰਜਾਬ ਪੁਲਿਸ ਵਾਲਾ ਹੁਣ ਸੁਣ ਰਿਹਾ, ਪਰ ਜਿਹੜੇ ਪੰਜਾਬ ਪੁਲਿਸ ਆ, ਇੰਨੀਆਂ ਗੰਦੀਆਂ ਗੰਦੀਆਂ ਗਾਲਾਂ, ਉੱਥੇ ਬੀਬੀ ਉੱਥੇ ਉਹਦੀ ਮਿਹਨਤਾਂ ਕਰਦੀ ਸੀਗੀ, ਅਤੇ ਮੁੰਡਾ ਵੀ ਕਹਿੰਦਾ ਵੀ ਸਾਡਾ ਸਮਾਨ ਕਰ ਲੈਂਦੇ ਹੋ, ਉਹ ਬੀਬੀ ਉੱਥੇ ਖੜ੍ਹੀ, ਬੱਚੇ ਉੱਥੇ ਖੜ੍ਹੇ, ਇੰਨੀਆਂ ਗੰਦੀਆਂ ਗਾਲਾਂ ਕੱਢਦਾ ਜਿਹੜਾ ਉੱਥੇ ਦਾ ਇੰਚਾਰਜ ਬੰਦਾ, ਜਿਹੜਾ ਜਲੰਧਰ ਦਾ, ਉਹਦੇ ਘਰ ਵਾਲਿਆਂ ਨੂੰ, ਰਿਸ਼ਤੇਦਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਆ, ਵੀ ਆ ਬੰਦਾ ਤੁਹਾਨੂੰ ਜਾਣਦਾ ਆ, ਤੁਸੀਂ ਕਿਹਨੂੰ ਗਾਲਾਂ ਕੱਢਦੇ ਆ, ਜਦੋਂ ਬੇਘਰ ਕਰਦੇ ਬੰਦਿਆਂ ਨੂੰ, ਇੱਕ ਪਾਸੇ ਤੁਸੀਂ ਘਰੋਂ ਕੱਢ ਰਹੇ ਆ, ਉਹ ਦੁੱਖ ਉਹਨਾਂ ਨੂੰ ਹੈਗਾ, ਚਲੋ ਕਾਨੂੰਨੀ ਤੌਰ 'ਤੇ ਕੰਮ ਨਾ ਕਰ ਲਓ, ਪਰ ਗੰਦੀਆਂ ਗੰਦੀਆਂ ਗਾਲਾਂ ਕੱਢਣੀਆਂ, ਉਹ ਆਪਣੀ ਉਹ ਮਿਹਨਤਾਂ ਕਰ ਰਹੀ ਵੀ ਸਾਨੂੰ ਸਮਾਨ ਚੱਕ ਲੈਂਦੇ ਹੋ, ਉਹਦੇ ਸਾਹਮਣੇ ਉਹਦਾ ਮੁੰਡਾ, ਉਹਦੇ ਪਰਿਵਾਰ ਦੇ ਬੱਚੇ, ਉਹ ਪੁਲਸੀਆ ਸਾਰੇ ਤੋਂ ਸੀਨੀਅਰ ਬੰਦਾ, ਤੁਹਾਨੂੰ ਪਤਾ ਹੁਣ ਨਾਂ ਨਹੀਂ ਪਤਾ ਉਹਦਾ, ਉਹ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢ ਰਿਹਾ ਆ। ਇਹ ਕਿ ਸਰਕਾਰ ਦੀ ਗਲਤੀ ਇਹਦੇ ਵਿੱਚ ਹੈਗੀ ਆ, ਵੀ ਤੁਸੀਂ ਇਹਦੇ ਬੰਦੇ ਨੂੰ ਬਰਦਾਸ਼ਤ ਕਰਦੇ ਆ। ਹੁਣ ਤੁਹਾਨੂੰ ਪਤਾ ਜਦੋਂ ਆਹ ਹੋ ਗਿਆ 7-8 ਸਾਲ ਹੋ ਗਏ, ਜਸਪਾਲ ਸਿੰਘ ਗੁਰਦਾਸਪੁਰ ਸਾਡਾ ਮੁੰਡਾ ਜਿਹੜਾ ਮਾਰਿਆ, ਕਹਿ ਲਓ ਭਾਈ ਗੋਲੀ ਨਾਲ, ਦਿਨ ਦਿਹਾੜੀ ਉੱਥੇ ਸਿਖਰ ਦੁਪਹਿੜੇ ਮਾਰੀ ਗੋਲੀ ਸਾਰੇ ਸਾਹਮਣੇ, ਉਹ ਵੀ ਪੁਲਿਸ ਵਾਲੇ ਉਸ ਵੇਲੇ ਜਿਹੜੀ ਗੌਰਮੈਂਟ ਸਰਕਾਰ ਸੀ, ਉਹਨੂੰ ਵੀ ਰੋਕ ਦਿੱਤਾ ਗਿਆ ਬੰਦੇ ਨੂੰ, ਪੁਲਿਸ ਨੂੰ ਕੋਈ ਸਜ਼ਾ ਨਹੀਂ ਦਿੱਤੀ। ਹੁਣ ਵੀ ਸਾਡੇ ਦੇਖੋ, ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਬਹੁਤ ਹੀ ਸਾਡੀ ਕਹਿ ਲਓ ਸ਼ਰਮ ਆਉਂਦੀ ਆ, ਭਾਈ ਪੁਲਿਸ ਦੀ ਗੱਲ ਕਰਦੇ ਹਾਂ, ਕਿੰਨੀਆਂ ਗੰਦੀਆਂ ਗੰਦੀਆਂ ਗਾਲਾਂ ਨਾਲ ਉਹਨਾਂ ਰਿਲੇਟ ਹੁੰਦੇ ਆ। ਉਹਨੂੰ ਤੁਸੀਂ ਬੇਘਰ ਕਰ ਦਿੱਤਾ, ਉਹਨੂੰ ਘਰੋਂ ਕੱਢ ਦਿੱਤਾ, ਉਹ ਤੁਹਾਡੀਆਂ ਮਿਹਨਤਾਂ ਕਰੇ ਬੀਬੀ, ਤਾਂ ਉਹਦੇ ਸਾਹਮਣੇ ਤੁਸੀਂ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਹੋ, ਜੋ ਬੰਦਾ ਉਹ ਫੇਸਬੁੱਕ 'ਤੇ ਹੈਗਾ ਪੁਲਿਸੀਆ, ਉਹਨੂੰ ਟਰੈਕ ਕਰ ਦਿਓ, ਵੀ ਮੈਂ ਕਹਿ ਰਿਹਾ ਤੂੰ ਸੁਧਰ ਜਾ, ਪੰਜਾਬ ਰਹਿ ਕੇ ਤੂੰ ਜੋ ਪੀਣਾ ਪੀ ਜਾ, ਖਾਣਾ ਖਾਈ ਜਾ, ਜੇ ਤੂੰ ਕੰਮ ਨਹੀਂ ਕਰ, ਨੌਕਰੀ ਨਹੀਂ ਕਰ ਸਕਦਾ, ਕਿਸੇ ਦੀ ਰਿਸਪੈਕਟ ਨਾਲ, ਡਿਗਨਿਟੀ ਨਾਲ, ਵੀ ਕਿਸੇ ਦੀ ਇੱਜ਼ਤ ਦੇ ਸਾਹਮਣੇ ਪਈ, ਜਿਹਨੂੰ ਤੂੰ ਕੱਢ ਰਿਹਾ ਘਰੋਂ ਕੱਢ ਰਿਹਾ, ਪਹਿਲਾਂ ਫਿਰ ਤੂੰ ਨਾ ਇੱਦਾਂ ਗੰਦੀਆਂ ਗਾਲਾਂ ਕੱਢ, ਤੂੰ ਨਾ ਇਹ ਨੌਕਰੀ ਕਰ, ਬਹੁਤ ਹੀ ਗੰਦ ਪਾਇਆ ਬੰਦੇ ਨੇ ਇਹਨੇ ਗਾਲਾਂ ਕੱਢ ਕੇ। ਅਸੀਂ ਰਾਤ ਦੇ ਬੜੇ ਅਪਸੈਟ ਹਾਂ, ਬੜੇ ਪਰੇਸ਼ਾਨ ਹਾਂ, ਵੀ ਸਾਡੀ ਪੁਲਿਸ ਹੱਦ ਤੱਕ ਵੀ ਸਿੱਖੀ ਕੁਛ, ਕੁਛ ਨਹੀਂ ਸਿੱਖੀ। ਤੁਸੀਂ ਉਹਨੂੰ ਇੱਦਾਂ ਸਮਝੇ ਜਿੱਦਾਂ ਭਾਈ ਉਹ ਜਿੱਦਾਂ ਕੋਈ ਬਾਹਰੋਂ ਆ ਕੇ ਕੋਈ ਅੱਤਵਾਦੀ ਆ, ਉਹ ਤੁਹਾਡੇ ਆਪਣੇ ਬੰਦੇ ਆ, ਪੰਜਾਬੀ ਆ, ਜਲੰਧਰ ਦੇ ਵਾਸੀ ਆ, ਪਹਿਲਾਂ ਉੱਥੇ ਉੱਜੜ ਕੇ ਪਾਕਿਸਤਾਨ ਤੋਂ ਆਏ, ਹੁਣ ਤੁਸੀਂ ਧੱਕਾਬਾਜ਼ੀ ਕਰਦੇ, ਕਰ ਲਓ ਠੀਕ ਆ, ਪਰ ਥੋੜ੍ਹੀ ਇੱਜ਼ਤ ਤਾਂ ਕਰੋ ਥੋੜ੍ਹੀ, ਵੀ ਤੁਹਾਡੇ ਇਨਸਾਨ ਮੋਹਰੇ ਆ, ਤੁਹਾਡੀ ਕਿੱਥੇ ਗਈ ਇਨਸਾਨੀਅਤ ਤੁਹਾਡੀ, ਬੋਤਲਾਂ 'ਚ ਰਹਿ ਗਏ ਤੁਸੀਂ, ਨਸ਼ਿਆਂ 'ਚ ਤੁਸੀਂ ਰਹਿ ਗਏ ਸਾਰੇ, ਨਸ਼ੇ ਪੀ ਕੇ, ਬੋਤਲਾਂ ਪੀ ਕੇ ਗਾਲਾਂ ਕੱਢੀਆਂ ਲੋਕਾਂ ਨੂੰ, ਤੁਸੀਂ ਸੁਧਰੋ ਪਹਿਲਾਂ। ਹੁਣ ਡੀ ਜੀ ਪੀ ਜਿਹੜੇ ਪੰਜਾਬ ਦੇ ਆ ਸੁਣ ਰਹੇ ਇਸ ਵੇਲੇ, ਤਾਂ ਤੁਸੀਂ ਲਿੰਕ ਕਰੋ, ਅਤੇ ਸਾਡੇ ਜਿਹੜੇ ਪੋਲੀਟੀਸ਼ਨ ਜਲੰਧਰ ਦੇ ਆ, ਸਾਡੇ ਜਿਹੜੇ ਭਾਈ ਮਿਊਨਿਸਪਲ ਜਿਹੜੀ ਭਾਈ ਕੋਪਰੇਸ਼ਨ ਜਲੰਧਰ ਦੀ, ਇੱਦਾਂ ਦੀ ਆਪਸ਼ਨ ਤੁਸੀਂ ਰੱਖਿਆ ਆ, ਤੁਹਾਨੂੰ ਵੀ ਸੋਚਣਾ ਪੈਣਾ ਤੁਸੀਂ ਕੀ ਰੈਪ੍ਰਜੈਂਟ ਕਰਦੇ। ਇੱਕ ਪਾਸੇ ਕਹਿੰਦੇ ਜਲੰਧਰ ਇਨਵੈਸਟ ਕਰੋ, ਜਲੰਧਰ ਬਹੁਤ ਵਧੀਆ, ਦੂਜੇ ਪਾਸੇ ਇੱਦਾਂ ਦੇ ਬੰਦੇ ਮੋਹਰੇ ਜੀ ਰੱਖਿਓ ਤੁਸੀਂ, ਭਾਈ ਇੱਕ ਬੰਦਿਆਂ ਨੂੰ, ਤੁਸੀਂ ਇੱਕ ਬਜ਼ੁਰਗਾਂ ਨੂੰ ਜਾਂ ਬੀਬੀਆਂ ਨੂੰ ਬੇਘਰ ਕਰ ਰਹੇ ਹਾਂ, ਉੱਪਰ ਤੁਸੀਂ ਗਾਲਾਂ ਕੱਢ ਰਹੇ ਹਾਂ ਗੰਦੀਆਂ ਗੰਦੀਆਂ। ਅਤੇ ਦੂਜੀ ਗੱਲ ਆਉਂਦੀ ਆ, ਹੁਣ ਮੈਂ ਸਵੇਰੇ ਅਮਰਪ੍ਰੀਤ ਨਾਲ ਗੱਲ ਕੀਤੀ ਆ, ਜਿਹੜਾ ਭਾਈ ਸਾਡੇ ਅਮਰਪ੍ਰੀਤ ਹੋਣੀ ਪੰਜਾਬ ਆ, ਅਤੇ ਜਾਂ ਭਾਈ ਜਸਪ੍ਰੀਤ ਸਿੰਘ ਨਾਲ ਕੀਤੀ ਆ, ਜਿਹੜੇ ਜਲੰਧਰ ਸਾਡੇ ਖਾਸ ਫਰੈਂਡ ਵੀ ਆ, ਭਾਈ ਇਹ ਜੋ ਹੋਇਆ ਚਲੋ ਠੀਕ ਆ, ਕਾਨੂੰਨੀ ਤੌਰ 'ਤੇ ਤੁਸੀਂ ਕਹਿਣਾ ਵੀ ਕਬਜ਼ਾ ਕੀਤਾ ਕੱਢਣੇ ਬੰਦੇ, ਚਲੋ ਕੱਢਣ ਕੁਛ ਕੱਢਣ ਆ ਗਏ, ਨਾਲ ਲੈ ਕੇ ਉਹ ਬੰਦੇ ਜਿਹੜੇ ਭਾਈ ਘਰ ਹੁੰਦਾ ਉਹਨਾਂ ਦੀ ਮਦਦ ਕਰਨ, ਖਾਲੀ ਕਰਨ ਦੀ। ਦੂਜੀ ਗੱਲ ਆ, ਇੱਕ ਪਲੈਨ, ਦੂਜਾ ਹੋਣਾ ਚਾਹੀਦਾ ਬੀ ਪਲੈਨ, ਭਾਈ ਦੇਖੋ ਤੁਹਾਡੇ ਘਰ ਖਾਲੀ ਕਰਦੇ ਅੱਜ ਅਸੀਂ, ਉਹ ਕਾਨੂੰਨੀ ਤੌਰ 'ਤੇ ਅਸੀਂ ਕੁਛ ਕਰ ਨਹੀਂ ਸਕਦੇ, ਨਾ ਤੁਸੀਂ ਕਰ ਸਕਦੇ, ਜੇ ਘਰ ਖਾਲੀ ਕਰਨ ਆ ਗਏ, ਇੱਕ ਥਾਂ 'ਤੇ ਉਹਨਾਂ ਨੂੰ ਪਹਿਲਾਂ ਕੋਈ ਲਾਉਣਾ ਚਾਹੀਦੇ, ਜਾਂ ਥੋੜ੍ਹੇ ਜਿਹੇ ਤੰਬੂ ਲਾਉਣੇ ਚਾਹੀਦੇ, ਭਾਈ ਥੋੜ੍ਹੇ ਜਿਹੇ ਸ਼ੋਰਟ ਟਰਮ ਲਈ, 1 ਮਹੀਨੇ 2 ਮਹੀਨੇ ਲਈ, ਉਹਨਾਂ ਲਈ ਉਸ ਵੇਲੇ ਲੰਗਰ ਪਾਣੀ ਤਿਆਰ ਹੋਣਾ ਚਾਹੀਦਾ ਸੀਗਾ ਸਰਕਾਰ ਵੱਲੋਂ, ਭਾਈ ਦੇਖੋ ਆ ਇਸ ਥਾਂ ਦੇ ਵਿੱਚ ਅਸੀਂ ਆਹ ਕਰ ਦਿੱਤਾ, ਤੁਸੀਂ ਆਪਣਾ ਸਮਾਨ ਵੀ ਰੱਖ ਸਕਦੇ ਆ, ਤੁਹਾਨੂੰ ਇੱਥੇ ਖਾਣਾ ਪੀਣਾ ਮਿਲੇਗਾ, 1-2 ਮਹੀਨੇ 3 ਮਹੀਨੇ 4 ਮਹੀਨੇ ਜਿਹੜੀ ਗੌਰਮੈਂਟ ਆ ਜ਼ਿੰਮੇਵਾਰੀ ਲਊਗੀ ਇਹਦੀ, ਤੁਸੀਂ ਬੇਘਰ ਨਹੀਂ ਹੋਣਾ।
ਸੋ ਫਿਰ ਮਗਰੋਂ ਜਿੱਦਾਂ ਸਾਡੇ ਜਿਹੜੇ ਖਾਲਸਾ ਹੈ ਜਾਂ ਹੋਰ ਵੀ ਸੰਸਥਾ ਪੰਜਾਬ 'ਚ ਹੈਗੀ ਉਹਨਾਂ ਵੀ ਗੱਲ ਕਰ ਸਕਦੇ ਸੀਗੇ ਬਈ ਤੁਸੀਂ ਆਹ ਕਰਨਾ। ਮੈਂ ਬਹੁਤ ਧੰਨਵਾਦੀ ਹਾਂ ਜਿਹੜੇ ਲੋਕਲ ਜਲੰਧਰ ਗੁਰਦੁਆਰੇ ਆ ਜਿਹੜੀ ਸੰਗਤ ਆ ਜਲੰਧਰ ਦੀ, ਤੁਸੀਂ ਦੇਖੋ ਲੰਗਰ ਲਾਇਆ ਕੱਲ੍ਹ, ਤੁਸੀਂ ਬਹੁਤ ਜਿਹੜੇ ਭਈ ਵਿਚਾਰੇ ਪਹਿਲਾਂ ਵੀ ਅਪਸੈਟ ਸੀਗੇ ਪਰੇਸ਼ਾਨ ਸੀਗੇ, ਤੁਸੀਂ ਲੰਗਰ ਛਕਾਇਆ, ਉਹਨੂੰ ਤੁਹਾਨੂੰ ਹੌਸਲਾ ਦਿੱਤਾ ਵੀ ਇਕੱਲੇ ਨੀਗੇ। ਹੁਣ ਵੀ ਸਵੇਰੇ ਅਮਰਪ੍ਰੀਤ ਨਾਲ ਗੱਲ ਕੀਤੀ, ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਆ, ਅਤੇ ਪਰਿਵਾਰ ਹਾਲ ਤੱਕ ਵੀ ਹੈਗੇ ਆ ਮੇਰੇ ਖਿਆਲ 25-30 ਜਾਂ 20-25 ਇੰਨੇ ਪਰਿਵਾਰ ਹੈਗੇ ਜਿਹੜੇ ਭਈ ਹਾਲ ਤੱਕ ਉਹਨਾਂ ਦਾ ਜਿੱਦਾਂ ਵੀ ਬਣ ਰਿਹਾ ਕੁਛ। ਅਤੇ ਅਮਰਪ੍ਰੀਤ ਸਿੰਘ ਹੋਣੀ ਅਤੇ ਜਸਪ੍ਰੀਤ ਸਿੰਘ ਹੋਣੀ ਉਹ ਕਹਿ ਉੱਥੇ ਜਿਹੜੀ ਡੀ ਸੀ ਜਲੰਧਰ ਦੀ ਡੀ ਸੀ ਉਹਨਾਂ ਨਾਲ ਗੱਲ ਕਰ ਰਹੇ ਆ ਭਈ ਤੁਸੀਂ ਸਾਨੂੰ ਥਾਂ ਦੇ ਦਿਓ, ਅਸੀਂ ਥੋੜ੍ਹਾ ਜਾਂ ਸਾਨੂੰ ਪਰਮਨੈਂਟ ਥਾਂ ਦੇ ਦਿਓ ਜਲੰਧਰ ਦੇ ਆਲੇ ਦੁਆਲੇ, ਜਾਂ ਵੇਚ ਦਿਓ ਜਿੱਥੇ ਅਸੀਂ ਟੈਂਪਰੀ ਜਾਂ ਥੋੜ੍ਹੀ ਇੱਕ ਦੋ ਸਾਲ ਦੇ ਕੋਈ ਜਿਹੜੇ ਬਹੁਤ ਤਕੜੇ ਜਾਂ ਤੰਬੂ ਹੁੰਦੇ ਭਈ ਥੋੜ੍ਹੇ ਜਿਹੇ ਘਰ ਲਾ ਦਈਏ ਉਹਨਾਂ ਲਈ ਟੈਂਪਰੀ, ਜਦ ਤੱਕ ਅਸੀਂ ਪਲੈਨ ਨਹੀਂ ਬਣਾਉਣੀ ਸਰਕਾਰ ਨਾਲ। ਇਹ ਹੈਗੀ ਅਸੀਂ ਸਰਕਾਰ ਦੀ ਡਿਊਟੀ ਆ, ਸਰਕਾਰ ਦੀ ਡਿਊਟੀ ਆ, ਪਰ ਅਸੀਂ ਨਿਭਾਉਣ ਨੂੰ ਤਿਆਰ ਹਾਂ। ਜੇ ਸਾਨੂੰ ਜ਼ਮੀਨ ਦੇ ਦਿਓ ਉੱਥੇ ਬਣਾਉਣ ਲਈ, ਉਹ ਵੀ ਟਰੱਸਟ ਬਣਾਇਆ ਜਾਊਗਾ ਉਹਨਾਂ ਦੇ ਨਾਂ 'ਤੇ, ਸਾਡੇ ਨਾਂ 'ਤੇ ਖਾਲਸਾ 'ਤੇ ਜ਼ਮੀਨ ਕੁਛ ਨਹੀਂ ਜਿਹੜੀ ਸਾਨੂੰ, ਉਹਨਾਂ ਦੇ ਨਾਂ 'ਤੇ ਟਰੱਸਟ ਦਿਓ, ਉਹਦੀ ਬਸਤੀ ਹੋਊਗੀ, ਉਹਦੇ ਬਣਾਇਆ ਜਾਊਗਾ, ਉਹ 'ਚ ਘਰ ਬਣਾਏ ਜਾਊਗੇ। ਹਾਂ ਭਾਈ ਤੁਸੀਂ ਇੱਥੇ ਬਸ ਅਸੀਂ ਘਰ ਬਣਾਉਣੇ, ਜਿਹੜੇ 20-25 ਘਰ ਬਣਾਉਣੇ ਅਸੀਂ ਬਣਾ ਦੇਵਾਂਗੇ ਖਾਲਸਾ ਵਾਲੇ, ਪਰ ਸਾਡੀ ਸਾਨੂੰ ਉੱਥੇ ਜ਼ਮੀਨ ਦੇ ਦਿਓ ਜਲੰਧਰ, ਉਹ ਵੀ ਟਰੱਸਟ ਉਹਨਾਂ ਦੇ ਨਾਂ 'ਤੇ ਹੋਊਗੀ ਜ਼ਮੀਨ, ਨਾ ਉਹ ਵੇਚ ਸਕਦੇ ਘਰ, ਨਾ ਉਹ ਕਿਰਾਏ 'ਤੇ ਚੜ ਸਕਦੇ, ਕਿਰਾਏ ਉਹਨਾਂ ਦੇ ਘਰ ਹੋਊਗਾ, ਅਤੇ ਉਹ ਸਾਰਾ ਚੈੱਕਅਪ ਵੀ ਹੋ ਸਕਦੇ ਲੀਗਲ ਤੌਰ 'ਤੇ। ਪਰ ਸਾਨੂੰ ਬੜਾ ਭਈ ਅਫਸੋਸ ਆ ਕੱਲ੍ਹ ਦਾ, ਭਈ ਤੁਸੀਂ ਉਹ ਬੰਦੇ ਬਜ਼ੁਰਗ, ਮੇਰੇ ਖਿਆਲ ਮੈਂ ਜਸਪ੍ਰੀਤ ਨਾਲ ਗੱਲ ਕਰਦਾ ਸੀਗਾ, ਕਹਿੰਦੇ 2 ਮਹੀਨੇ ਦੀ ਬੇਬੀ, ਉਹ ਮਿਹਨਤਾਂ ਕਰਦੇ ਸੀ, ਸਾਡੇ ਬੱਚੇ ਵੀ ਸਾਡੇ ਬਜ਼ੁਰਗ ਵੀ ਆ, ਕਹਿੰਦੇ ਹੁਣ ਮੈਂ ਫੋਟੋ ਦੇਖੀ ਬਜ਼ੁਰਗ ਦੀ, ਆਪਣਾ ਬਜ਼ੁਰਗ ਬਾਹਰ ਬੈਠਾ ਰੋਡ 'ਤੇ, ਰਜਾਈਆਂ ਰੁਈਆਂ ਸਮਾਨ ਕੁਰਸੀਆਂ ਕੁਰਸੀਆਂ ਸਾਰਾ ਉਹਦੇ ਉਹਦੇ ਪਿੱਛੇ ਪਿਆ, ਉਹਦੇ ਪਿੱਛੇ ਦਾ ਇੱਦਾਂ ਢੁਈ ਲਾ ਕੇ ਪਿਆ ਰੋਈ ਜਾਂਦਾ। ਇਹ ਕਿੱਥੇ ਕਿਹੜੇ ਦੇਸ਼ 'ਚ ਆ ਤੁਸੀਂ, ਕਿਹੜੀ ਤਰੱਕੀ ਤੁਹਾਡੀ, ਕਿਹੜੀ ਡਿਜੀਟਲ ਇੰਡੀਆ ਤੁਹਾਡੀ ਹੋ ਗਈ ਇਹ। ਮੈਂ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ, ਰਿਕੁਐਸਟ ਕਰਦਾ, ਤੁਸੀਂ ਇਹ ਜਿਹੜੇ 20-25 ਪਰਿਵਾਰ ਆ, ਜਿਹੜੇ 30-25 ਰਹਿ ਗਏ ਜਿਹੜੇ ਹੁਣ, ਜਾਂ ਸਾਰੇ ਜਿਹੇ ਪਰਿਵਾਰ ਆ, ਉਹ ਲਈ ਕੁਛ ਪ੍ਰੋਵਾਈਡ ਕਰੋ। ਜੇ ਅਸੀਂ ਕੁਛ ਕਰ ਸਕਦੇ ਹਾਂ, ਬਿਲਕੁਲ ਤੁਹਾਨੂੰ ਪਤਾ ਅਸੀਂ ਕਿੱਥੇ ਹਾਂ, ਤੁਸੀਂ ਕੋਂਟੈਕਟ ਕਰ ਸਕਦੇ ਹਾਂ, ਅਸੀਂ ਗੌਰਮੈਂਟ ਦੇ ਨਾਲ ਕੰਮ ਕਰਨ ਨੂੰ ਤਿਆਰ ਹਾਂ। ਅਸੀਂ ਜਿਹੜੀ ਭਈ ਇੱਦਾਂ ਦੀ ਸਰਕਾਰ ਹੋਵੇ, ਜਾਂ ਕਹਿ ਲਓ ਭਈ ਜਲੰਧਰ ਦੀ ਜਿਹੜੀ ਮਿਊਨਿਸਪਲ ਕੋਪਰੇਸ਼ਨ ਹੋਵੇ, ਡੀ ਸੀ ਹੋਣ, ਖਾਲਸਾ ਧੰਨਾ ਖੜ੍ਹੇ ਹੋਣ ਨੂੰ, ਕੰਮ ਕਰਨ ਨੂੰ ਤਿਆਰ ਆ। ਸਾਨੂੰ ਕੋਈ ਕੋਈ ਫਰਕ ਤੁਹਾਡੀ ਕੀ ਪੋਲੀਟਿਕਸ ਹੋਣ, ਕਿਉਂਕਿ ਪੰਜਾਬ 'ਚ ਇੰਡੀਆ 'ਚ ਪੋਲੀਟਿਕਸ ਹੈ ਹੀ ਗੰਦੇ ਆ। ਜਿਹੜੇ ਮਰਜ਼ੀ ਪੋਲੀਟਿਕਸ ਤੁਹਾਡੇ ਹੋਣ, ਪੋਲੀਟਿਕਸ ਹੋਣ, ਅਸੀਂ ਪਰਿਵਾਰਾਂ ਦੀ ਮਦਦ ਕਰਨ ਨੂੰ ਤਿਆਰ ਹਾਂ, ਤੁਹਾਡੇ ਨਾਲ ਗੱਲਬਾਤ ਕਰਨ ਨੂੰ, ਅਤੇ ਇਕੱਠੇ ਹੋ ਕੇ ਉਹਨਾਂ ਦਾ ਕੁਛ ਕਰੀਏ। ਅਤੇ ਪੈਸੇ ਵੀ ਘੱਟ ਨਹੀਂ ਪੰਜਾਬ 'ਚ, ਪੈਸੇ ਵੀ ਕਾਫੀ ਹੈਗੇ, ਪਰ ਸਾਨੂੰ ਥੋੜ੍ਹੀ ਸੋਚਣਾ ਪੈਣਾ ਸੀ ਕਿੱਥੇ ਖਰਚ ਰਹੇ ਹਾਂ। ਸੋ ਆਹ ਜਿਹੜੇ ਹੁਣ ਘਰ ਜਿਹੜੇ ਖਾਲੀ ਕੀਤੇ, ਮੇਰਾ ਤਾਂ ਖਿਆਲ ਜਿਹਨੇ ਜ਼ਮੀਨ ਲਈ ਹੋਊਗੀ ਉਹਨੇ ਸ਼ਾਇਦ ਧੱਕਾਬਾਜ਼ੀ ਕੀਤੀ ਹੋਣੀ ਆ, ਜਿਹਨੇ ਜ਼ਮੀਨ ਲਈ ਹੋਊਗੀ ਡਿਵੈਲਪਰ ਬਣਾਉਣ ਲਈ ਉਹਦੇ ਵੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀਗੀ, ਅਤੇ ਮੈਂ ਇਹਨਾਂ ਪਰਿਵਾਰਾਂ ਨੂੰ ਮੈਂ ਸੰਭਾਲਾਂ ਥੋੜ੍ਹਾ ਜਿਹਾ, ਜਿਹੜਾ ਭਈ ਹੁਣ ਜਿਹੜੇ ਭਈ ਕਹਿ ਲਓ ਘਰ ਜਿਹੜੇ ਹੁਣ ਖਾਲੀ ਕਰ ਅਤੇ ਉਹ ਵੇਚਣੇ ਆ, ਮੇਰੇ ਖਿਆਲ ਡਿਵੈਲਪ ਕਰੂਗਾ ਕੋਈ ਡਿਵੈਲਪਰ, ਉਹ ਵੀ ਕਹਿ ਸਕਦਾ ਸੀਗਾ ਭਾਈ ਜੇ ਉਹ ਡਿਵੈਲਪਰ ਸਾਨੂੰ ਅਪਰੋਚ ਕਰੇ ਖਾਲਸਾ ਨੂੰ, ਅਸੀਂ ਵੀ ਤਿਆਰ ਹਾਂ, ਸਾਨੂੰ ਜ਼ਮੀਨ ਲੈ ਕੇ ਦੇ ਦਿਓ, ਉਹਨਾਂ ਦੇ ਟਰੱਸਟ ਨਾਂ 'ਤੇ ਬਣਾ ਦਿਓ, ਵਕੀਲ ਦੇ ਨਾਂ, ਖਾਲਸਾ ਨਹੀਂ ਕੁਛ ਲਾਉਣਾ, ਕਿਉਂਕਿ ਸਾਨੂੰ ਪਤਾ ਨਹੀਂ ਜ਼ਮੀਨ ਦਾ ਮਗਰੋਂ ਕੀ ਹੋਣਾ। ਉਹ ਟਰੱਸਟ ਬਣਾ ਕੇ ਤੁਸੀਂ ਉਹ ਐਲੋਕੇਟ ਕਰ ਦਿਓ, ਜਿੱਦਾਂ ਹੁਣ 47 ਚੋਂ ਜਿਹੜੇ ਪਰਿਵਾਰ ਆਏ ਸੀਗੇ ਪਾਕਿਸਤਾਨ ਤੋਂ, ਉਹਦੇ ਜ਼ਮੀਨਾਂ ਐਲੋਕੇਟ ਕੀਤੀਆਂ ਗਈਆਂ ਸੀਗੀਆਂ। ਹੁਣ ਇਹੀ ਪਰਿਵਾਰ ਆ, 70-72 ਸਾਲ ਹੋ ਗਏ, 75 ਸਾਲ ਹੋ ਗਏ, ਉਹੀ ਪਰਿਵਾਰ ਤੋਂ ਕਹਿ ਲਓ, ਅੱਜ ਕਹਿ ਲਓ ਵੀ ਅੱਜ ਪਾਕਿਸਤਾਨ ਤੋਂ ਆਏ ਆ। ਹੁਣ ਕਈ ਪਰਿਵਾਰ ਆਏ ਆ ਪਾਕਿਸਤਾਨ ਪਹਿਲਾਂ ਵੀ, ਉਹਨਾਂ ਦੀ ਵੀ ਮਦਦ ਕੀਤੀ ਗਈ ਆ। ਹੁਣ ਜੇ ਤੁਸੀਂ ਸੋਚੋਗੇ ਭਈ ਇਹ ਪਰਿਵਾਰ ਪਾਕਿਸਤਾਨ ਤੋਂ ਉੱਜੜ ਕੇ ਆਏ ਉਸ ਵੇਲੇ, ਹੁਣ ਜਿੱਥੇ ਰਹਿੰਦੇ ਆ ਅਤੇ ਉੱਥੇ ਇੰਨਾ ਸਾਲ ਹੋ ਗਿਆ ਰਹਿੰਦਿਆਂ ਨੂੰ, ਚਲੋ ਉਹ ਜ਼ਮੀਨ ਜ਼ਿਆਦਾ ਕੀਮਤ ਜ਼ਿਆਦਾ ਵੱਧ ਗਈ ਅਤੇ ਲਾਲਚ ਵੀ ਪੈ ਗਿਆ ਲੋਕਾਂ ਨੂੰ, ਤਾਂ ਹੀ ਘਰੋਂ ਕੱਢੇ। ਅਸਲੀਅਤ ਤਾਂ ਇਹੀ ਆ ਨਾ, ਅਸਲੀਅਤ ਤਾਂ ਪੈਸੇ ਦੀ ਆ ਜਾਂਦੀ ਆ, ਫਿਰ ਲਾਲਚ ਆ ਗਿਆ ਵਿੱਚ, ਜ਼ਮੀਨ ਕਿੰਨੇ ਦੀ ਕਰੋੜਾਂ ਦੀ ਹੋ ਗਈ ਆ, ਇਹਨੂੰ ਕੱਢੋ ਬਾਅਦ ਅਤੇ ਅਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਏ। ਪਰ ਜੇ ਤੁਸੀਂ ਇਹਨੂੰ ਘਰ ਬਣਾਉਣਾ ਜਾਂ ਜ਼ਮੀਨ ਦੇਣੀ ਆ ਘਰ ਬਣਾਉਣ ਨੂੰ, ਉਹ ਇੰਨਾ ਪੈਸਾ ਨਹੀਂ ਲੱਗਣਾ। ਸੋ ਅਸੀਂ ਘਰ ਬਣਾਉਣ ਨੂੰ ਤਿਆਰ ਹਾਂ, ਸਰਕਾਰ ਸਾਨੂੰ ਉੱਥੇ ਜ਼ਮੀਨ ਦੇਵੇ। ਅਮਰਪ੍ਰੀਤ ਸਿੰਘ ਤਾਂ ਬਹੁਤ ਕੋਸ਼ਿਸ਼ ਕਰ ਰਿਹਾ ਸਰਕਾਰ ਨਾਲ ਗੱਲ ਕਰਨ ਦੀ, ਸਾਨੂੰ ਕੋਈ ਫਰਕ ਨਹੀਂ ਗਾ, ਅਸੀਂ ਕਿਸੇ ਇਸ ਪੋਲੀਟੀਕਲ ਪਾਰਟੀ ਦੇ ਖਿਲਾਫ਼ ਨਹੀਂ ਬੋਲ ਰਹੇ ਇਸ ਵੇਲੇ, ਅਸੀਂ ਇਹ ਹੀ ਬੋਲ ਰਹੇ ਹਾਂ ਭਈ ਸਾਡੇ ਨਾਲ ਕੰਮ ਕਰੋ, ਜਾਂ ਕਿਸੇ ਹੋਰ ਜਥੇਬੰਦੀ ਨਾਲ ਕੰਮ ਕਰੋ, ਕਿਸੇ ਹੋਰ NGO ਨਾਲ ਕੰਮ ਕਰੋ, ਉਹਨਾਂ ਬਜ਼ੁਰਗਾਂ ਨੂੰ, ਉਹਨਾਂ ਬੀਬੀਆਂ ਨੂੰ, ਉਹਨਾਂ ਬੱਚਿਆਂ ਨੂੰ ਘਰ ਲੈ ਕੇ ਚੱਲੀਏ ਵਾਪਸ। ਫਿਰ ਹਰ ਵਾਰੀ ਰੋਂਦੇ ਅਸੀਂ ਭਈ ਪੰਜਾਬ ਦਾ ਵੀ ਦੇਖੋ ਕੀ ਹਾਲ ਆ, ਹੁਣ ਤੁਸੀਂ ਆਪਣੇ ਸਾਹਮਣੇ ਦੇਖਿਆ ਕੀ ਹਾਲ ਆ। ਪਰ ਮੈਂ ਮੁੜ ਕੇ ਫਿਰ ਹੀ ਕਰਨਾ ਚਾਹੁੰਦਾ, ਸਾਡੀ ਜਿਹੜੀ ਪੁਲਿਸ ਆ ਉਹਦਾ ਇਮੇਜ ਪਹਿਲਾਂ ਵੀ ਬਹੁਤ ਖਰਾਬ ਆ, ਜੋ ਕੱਲ੍ਹ ਅਫਸਰ ਨੇ ਕੀਤਾ ਜਲੰਧਰ ਵਾਲੇ ਨੇ ਬਹੁਤ ਗਲਤ ਕੀਤਾ, ਉਹਨੂੰ ਵੀ ਮਾਫ਼ੀ ਮੰਗਣੀ ਚਾਹੀਦੀ ਆ। ਇੰਨਾ ਵੱਡਾ ਬੰਦਾ ਨਹੀਂ, ਹੰਕਾਰ ਬੰਦਾ ਨਹੀਂ ਹੁੰਦਾ ਜਿਹੜਾ ਮਾਫ਼ੀ ਮੰਗਦਾ, ਉਹ ਬੰਦਾ ਬਹੁਤ ਹੀ ਕਹਿ ਲਓ ਭਾਈ ਨਿਮਰਤ ਵਾਲਾ ਹੁੰਦਾ, ਜਿਹੜਾ ਕਹਿ ਸਕਦਾ ਮੈਂ ਗਲਤੀ ਕੀਤੀ ਆ, ਮੈਨੂੰ ਮਾੜਾ ਨਹੀਂ ਬੋਲਣਾ ਚਾਹੀਦਾ। ਮੈਂ ਉਹ ਅਫਸਰ ਨੂੰ ਅਪੀਲ ਕਰਦਾ, ਤੂੰ ਆਪ ਵੀਡੀਓ ਆ ਕੇ
माफ़ी मंग चुकी जिन्हें माड़े अक्खर बोले उस वेले उन्होंने बोले आ जिहड़े बेघर कीते गए आ जिहड़े पहला भी बड़े परेशान सीगे जिहड़े पहला भी अपने पे कह लो भाई मेहनत तेरियां करदे तुहाड़े ऑफिसर दियां तुहाड़ियां पग्गां ला के अपनियां तुहाड़ियां बूटां ते रखदे सीगे भाई सानू ना करो इह तां तुसीं उपरों गालां कढ़दे सीगे तुसीं इह माफ़ी मंगो तुहानू फिर माफ़ी दित्ती भी जाऊगी पर जे तुसीं हंकार च रहिणा तुहानू पंजाबियां जलंधर वाले तुहानू कदी माफ़ ना करन क्योंकि बहुत बहुत ही गंदा बोलिया कल असी बड़े सानू शर्म आई आ असी पंजाबी हाँ असी सिख हाँ पग बन के गंदियां गाला कढ़दा इदां पर मैं फोर्चुनली मैं यह भी मैं तुहानू कहना चाहुंदा अजक सोशल मीडिया यह भी रिवाज बन बन गया है भाई दीप सिद्धू की फोटो ला के संजन ने भिंडा वाली फोटो ला के गंदियां गंदियां गाला कढ़निया वो भी तुसीं फिर शेयर करते हो उदाने वीडियो शेयर तो पब्लिक करती है फिर तुहाडे घर वाले भी देखते हैं फिर वही जिहड़ा समाजिक तौर पर उही फिर माहौल बन जाता सानू भी जो बंदे गाला कढ़ते माँ भैन दियाँ उत्थे फेसबुक से सोशल मीडिया से वो तो भी अपनी पिट्ठ दिखा लो फिर सुधरवाउणी आ पर ऑफिसर नूं असीं उड़ीकदे आ उस उन्हां कोल जाके उदों मूहरे जिहड़े घर कढ़े आ उन्हां नूं जा उन्हां मूहरे जाके माफ़ी मंगी सानू कुछ चाहिए तुहाडे कोलों उन्हां कोलों माफ़ी मंगे क्योंकि बहुत गलत किया सो डी सी जलंधर कोपोरेशन जलंधर पंजाब गवर्नमेंट मेरा यही मैसेज आ खालसा तुहानू तुहाडे नाल मदद करन नूं तैयार आ खालसा यूके कैनेडा USA इंडिया इन्होंने खंड में तैयार हाँ साढ़े ना काम करो साना मीटिंग करो जिदा भी असी मीटिंग करके एक हल लीए क्योंकि जो हम मैं गारंटी कर दिया इस साल वोटा होंदिया ना एक काम नहीं होना सगा पहला भी 2012 मेरा ख्याल होने लगा सगा वोटा वोटा का मगर पंगा पै गया इन्होंने फिर कढ़िया नहीं गा उस वेले वो डिपेंड करता जो की हों असी वोटा लैन लिये जो पॉलिटिशियन आ डेरिया ये गंदे डेरे बाद जाने जे डेरे बाद हम तुम्हें पता जेल भी कट के आया रेपेस बन के आया वो बाद मत्था टेकते जाके साथ पॉलिटिशियन पर इन्हों बचा नहीं सकते परिवार को कितने साड़ी उल्ट सोच जा रही है सो बेनती यही आ साढ़े ना नहीं गल करनी ठीक है किसी होर NGO ना गल करो इन परिवार का कोई हल लभो क्योंकि जे नहीं लभ्या असी फिर तुहाडे उपर प्रैशर पाउणा एक दो दिन भाई तुसीं क्यों नहीं लभ्या क्योंकि स्पैशली असी तैयार हाँ तुहाडी मदद करन वाहेगुरू जी का खालसा वाहेगुरू जी की फतेह।